ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ-ਨਾਲ ਮਿਲਦੇ ਰਹਿਣ। ਮੈਂ ਬ੍ਰਿਜਰਾਜ, ਕੰਪਿਊਟਰ ਫੈਕਲਟੀ। ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ, ਜਮਾਤ 12ਵੀਂ, ਪਾਰਟ 5, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਐਕਸਪਰਟ ਸਿਸਟਮ ਵਿੱਚ ਇਸ ਪਾਠ ਤੇ ਬਹੁ ਪਸੰਦੀ ਪ੍ਰਸ਼ਨ। ਖਾਲੀ ਥਾਵਾਂ ਭਰੋ ਅਤੇ ਪੂਰੇ ਨਾਮ ਪੜਾਂਗੇ। ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਭ ਤੋਂ ਪਹਿਲੇ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ AI ਬਾਰੇ ਦੱਸਣਾ ਚਾਹਾਂਗਾ ਕਿ AI ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਿਊਟਰ ਸਾਇੰਸ ਦੀ ਇੱਕ ਬ੍ਰਾਂਚ ਹੈ ਜਿਸ ਦੀ ਮਦਦ ਨਾਲ ਸੂਝਵਾਨ ਮਸ਼ੀਨਾਂ ਬਣਾਈਆਂ ਜਾ ਸਕਦੀਆਂ ਹਨ ਜੋ ਮਨੁੱਖ ਦੀ ਤਰ੍ਹਾਂ ਕੰਮ ਕਰ ਸਕਦੀਆਂ ਹਨ, ਜਿਵੇਂ ਕਿ ਰੋਬੋਟ। ਤੇ AI ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ 1956 ਵਿੱਚ ਕੰਪਿਊਟਰ ਵਿਗਿਆਨੀ ਜੌਨ ਮੈਕਾਰਥੀ ਨੇ ਕੀਤੀ ਸੀ ਤੇ ਜੌਨ ਮੈਕਾਰਥੀ ਨੂੰ AI ਦਾ ਪਿਤਾ ਵੀ ਕਿਹਾ ਜਾਂਦਾ ਹੈ। ਤੇ ਐਕਸਪਰਟ ਸਿਸਟਮ ਬਾਰੇ ਦੱਸਣਾ ਚਾਹਾਂਗਾ ਕਿ ਐਕਸਪਰਟ ਸਿਸਟਮ ਇੱਕ ਸੋਫਟਵੇਅਰ ਹੈ ਜਿਸ ਵਿੱਚ ਕਿਸੇ ਮਾਹਿਰ ਵਿਅਕਤੀ ਦੇ ਗਿਆਨ ਨੂੰ ਸਟੋਰ ਕੀਤਾ ਜਾ ਸਕਦਾ ਹੈ ਤੇ ਜਿਹੜਾ ਕੰਮ ਉਹ ਮਾਹਿਰ ਵਿਅਕਤੀ ਕਰਦਾ ਹੈ ਤੇ ਸੇਮ ਕੰਮ ਕੰਪਿਊਟਰ ਵੀ ਕਰ ਸਕਦਾ ਹੈ ਤੇ ਜਿਹੜਾ ਕੰਪਿਊਟਰ ਉਹ ਮਾਹਿਰ ਵਿਅਕਤੀ ਵਾਲਾ ਸੇਮ ਕੰਮ ਕਰ ਸਕਦਾ ਹੈ ਉਸਨੂੰ ਐਕਸਪਰਟ ਸਿਸਟਮ ਕਿਹਾ ਜਾਂਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਬਹੁ ਪਸੰਦੀ ਪ੍ਰਸ਼ਨ ਤੇ ਸਭ ਤੋਂ ਪਹਿਲਾ ਪ੍ਰਸ਼ਨ ਹੈ AI ਦੀ ਧਾਰਨਾ ਕਿਸਨੇ ਲਿਆਂਦੀ ਤੇ ਇਸ ਦੇ ਆਪਸ਼ਨ ਨੇ ਵਿਕਟਰ ਐਲਿਸ, ਮਾਰਵਿਨ ਮਿਨਸਕੀ, ਐਲਨ ਟਿਊਰਿੰਗ ਤੇ ਜੌਨ ਮੈਕਾਰਥੀ। ਤੇ ਇਸਦਾ ਸਹੀ ਆਂਸਰ ਹੈ ਜੌਨ ਮੈਕਾਰਥੀ। ਪਰ ਇਹ ਬਾਰੇ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜੌਨ ਮੈਕਾਰਥੀ ਜਿਹੜੇ ਇਸਨੂੰ AI ਦਾ ਪਿਤਾ ਵੀ ਕਿਹਾ ਜਾਂਦਾ ਹੈ। ਇਹਨਾਂ ਨੇ 1956 ਵਿੱਚ ਜਿਹੜਾ AI ਦਾ ਸਿਧਾਂਤ ਸੀ ਉਹ ਲਿਆਂਦਾ ਸੀ। ਨੰਬਰ 2, AI ਦੀ ਕਿਹੜੀ ਕਿਸਮ ਇਹ ਕਹਿਰੀਆਂ ਯੋਗਤਾਵਾਂ ਤੇ ਕੇਂਦਰਿਤ ਹੈ ਅਤੇ ਇਹ ਖਾਸ ਕਾਰਜ ਕਰਦੀ ਹੈ? ਇਸ ਦੇ ਆਪਸ਼ਨ ਹੈ ਸੁਪਰ AI, ਨੈਰੋ AI, ਜਨਰਲ AI ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤੇ ਇਸਦਾ ਸਹੀ ਆਂਸਰ ਹੈ ਨੈਰੋ AI। ਤੇ ਜਿਹੜੀ ਨੈਰੋ AI ਹੈ ਇਸਨੂੰ ਵੀਕ AI ਵੀ ਕਿਹਾ ਜਾਂਦਾ ਹੈ। ਇਹ ਇੱਕ ਬਨਾਵਟੀ ਇੰਟੈਲੀਜੈਂਸ ਹੈ ਜਿਸ ਵਿੱਚ ਕੁਝ ਖਾਸ ਸਮਰਪਿਤ ਕਾਰਜ ਕੀਤੇ ਜਾਂਦੇ ਹਨ ਅਤੇ ਇਹ ਕਿਸੇ ਖਾਸ ਕੰਮ ਨੂੰ ਕਰ ਸਕਦੀਆਂ ਹਨ ਤੇ ਇਹਦੇ ਵਿੱਚ ਜਿਹੜਾ ਇਨਫੋਰਮੇਸ਼ਨ ਜਾਂ ਜਿਹੜੀ ਨੌਲੇਜ ਫੀਡ ਕੀਤੀ ਗਈ ਹੈ ਉਸ ਤੋਂ ਇਲਾਵਾ ਮਸ਼ੀਨਾਂ ਹੋਰ ਕੋਈ ਕੰਮ ਨਹੀਂ ਕਰ ਸਕਦੀਆਂ। ਫੋਰ ਐਗਜ਼ਾਮਪਲ, ਐਪਲ ਕੰਪਨੀ ਨੇ ਇੱਕ ਸੀਰੀ ਸੋਫਟਵੇਅਰ ਬਣਾਇਆ ਜਿਸਨੂੰ ਐਪਲ ਸੀਰੀ ਕਿਹਾ ਜਾਂਦਾ ਹੈ। ਇਹ ਸੋਫਟਵੇਅਰ ਕੀ ਕਰਦਾ, ਸਾਡੇ ਕੋਲੋਂ ਆਵਾਜ਼ ਦੇ ਰੂਪ ਵਿੱਚ ਕਮਾਂਡ ਲੈਂਦਾ ਤੇ ਉਸ ਤੋਂ ਬਾਅਦ ਉਹਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਜਿਹੜਾ ਰਿਜ਼ਲਟ ਹੈ ਉਹ ਸਾਨੂੰ ਵਾਪਿਸ ਕਰਦਾ। ਇਸ ਤੋਂ ਇਲਾਵਾ ਜਿਹੜੇ ਚੈੱਸ ਬੇਸ ਕੰਪਿਊਟਰ ਹੁੰਦੇ ਨੇ, ਮਤਲਬ ਕੰਪਿਊਟਰ ਚੈੱਸ ਦੀ ਗੇਮ ਖੇਡਦੇ ਹਾਂ, ਉਹ ਵੀ ਨੈਰੋ AI ਦੀ ਇੱਕ ਉਦਾਹਰਣ ਹੈ। ਨੰਬਰ 3, ਇਹਨਾਂ ਵਿੱਚੋਂ ਕਿਸ AI ਕਿਸਮ ਵਿੱਚ ਡਾਟਾ ਸਟੋਰ ਕਰਨ ਦੀ ਸਮਰੱਥਾ ਨਹੀਂ ਹੈ? ਇਸਦੇ ਆਪਸ਼ਨ ਨੇ ਲਿਮਿਟਡ ਮੈਮਰੀ, ਰਿਐਕਟਿਵ ਮਸ਼ੀਨਾਂ, ਦਿਮਾਗ ਦੀਆਂ ਗੱਲਾਂ ਜਾਂ ਸਵੈ ਜਾਗਰੂਕਤਾ। ਤੇ ਇਸਦਾ ਸਹੀ ਆਂਸਰ ਹੈ ਰੀਐਕਟਿਵ ਮਸ਼ੀਨਾਂ। ਤੇ ਰੀਐਕਟਿਵ ਮਸ਼ੀਨਾਂ ਦੀ ਮੁੱਢਲੀ ਖਾਸੀਅਤ ਇਹ ਹੈ ਕਿ ਇਹ ਮੈਮਰੀ ਨੂੰ ਸਟੋਰ ਨਹੀਂ ਕਰਦੀਆਂ ਤੇ ਭਵਿੱਖ ਵਿੱਚ ਜਿਹੜੀਆਂ ਕਿਰਿਆਵਾਂ ਕਰਦੀਆਂ ਨੇ ਉਹ ਪਿਛਲੇ ਤਜਰਬੇ ਦੀ ਵਰਤੋਂ ਨਹੀਂ ਕਰ ਸਕਦੀਆਂ। ਤੇ ਇਸਦੀ ਉਦਾਹਰਣ ਕਹਿ ਸਕਦੇ ਹਾਂ ਡੀਪ ਬਲੂ ਮਸ਼ੀਨ ਜਾਂ ਚੈੱਸ ਬੇਸ ਕੰਪਿਊਟਰ। ਨੰਬਰ 4 ਹੈ, ਕੁਦਰਤੀ ਭਾਸ਼ਾ ਨੂੰ ਕੰਪਿਊਟਰ ਦੇ ਸਮਝਣ ਯੋਗ ਰੂਪ ਵਿੱਚ ਬਦਲਣਾ ਕੀ ਅਖਵਾਉਂਦਾ ਹੈ? ਇਸਦੇ ਆਪਸ਼ਨ ਨੇ ਇੰਟਰੂਸ਼ਨ ਡਿਟੈਕਸ਼ਨ, ਮਸ਼ੀਨ ਟ੍ਰਾਂਸਲੇਸ਼ਨ, ਆਈਡੈਂਟੀਫਿਕੇਸ਼ਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤੇ ਇਸਦਾ ਸਹੀ ਆਂਸਰ ਹੈ ਮਸ਼ੀਨ ਟ੍ਰਾਂਸਲੇਸ਼ਨ। ਕੁਦਰਤੀ ਭਾਸ਼ਾ ਨੂੰ ਬੋਲਦੇ ਆ ਨੈਚੁਰਲ ਲੈਂਗੁਏਜ, ਮਤਲਬ ਕਿ ਜਿਹੜੀ ਭਾਸ਼ਾ ਅਸੀਂ ਬੋਲਦੇ ਹਾਂ ਹਿੰਦੀ, ਇੰਗਲਿਸ਼ ਜਾਂ ਪੰਜਾਬੀ, ਜਦੋਂ ਅਸੀਂ ਉਹਨੂੰ ਕੰਪਿਊਟਰ ਦੇ ਰੂਪ 'ਚ ਕਨਵਰਟ ਕਰਦੇ ਹਾਂ ਜਾਂ ਉਹਦੇ ਸਮਝਣ ਦੇ ਰੂਪ ਬਦਲਦੇ ਹਾਂ ਉਸਨੂੰ ਬੋਲਦੇ ਹਾਂ ਮਸ਼ੀਨ ਟ੍ਰਾਂਸਲੇਸ਼ਨ। 5th ਹੈ, ਐਕਸਪਰਟ ਸਿਸਟਮ ਦਾ ਦਿਮਾਗ ਹੁੰਦਾ ਹੈ, ਮਤਲਬ ਕਿ ਐਕਸਪਰਟ ਸਿਸਟਮ ਦਾ ਦਿਮਾਗ ਕਿਸ ਨੂੰ ਬੋਲਦੇ ਨੇ? ਇਸਦੇ ਆਪਸ਼ਨ ਨੇ ਇਨਫਰੈਂਸ ਇੰਜਨ, ਨੌਲੇਜ ਬੇਸ, ਯੂਜ਼ਰ ਇੰਟਰਫੇਸ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤੇ ਇਸਦਾ ਸਹੀ ਆਂਸਰ ਹੈ ਇਨਫਰੈਂਸ ਇੰਜਨ। ਤੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਨਫਰੈਂਸ ਇੰਜਨ ਜਿਹੜਾ ਇਹ ਕੰਪਿਊਟਰ ਦਾ ਜਾਂ ਐਕਸਪਰਟ ਸਿਸਟਮ ਦਾ ਦਿਮਾਗ ਹੁੰਦਾ ਹੈ। ਇਹ ਯੂਜ਼ਰ ਦੇ ਸਵਾਲਾਂ ਦਾ ਹੱਲ ਜਿਹੜਾ ਹੈ ਉਹ ਇੱਥੇ ਹੀ ਕੱਢਦਾ ਹੈ ਤੇ ਜੋ ਵੀ ਰਿਜ਼ਲਟ ਹੈ ਉਹ ਵਾਪਸ ਯੂਜ਼ਰ ਨੂੰ ਦਿੰਦਾ। ਤੇ ਯੂਜ਼ਰ ਇੰਟਰਫੇਸ ਕੀ ਹੈ? ਯੂਜ਼ਰ ਇੰਟਰਫੇਸ ਜਿਹੜਾ ਹੈ ਉਹ ਯੂਜ਼ਰ ਅਤੇ ਇੰਟਰਫੇਸ ਇੰਜਨ ਦੇ ਵਿਚਕਾਰ ਇੱਕ ਮੀਡੀਏਟਰ ਦਾ ਕੰਮ ਕਰਦਾ ਹੈ ਜਿਹੜਾ ਪ੍ਰਸ਼ਨ ਲੈਂਦਾ ਹੈ ਤੇ ਉਸ ਤੋਂ ਬਾਅਦ ਰਿਜ਼ਲਟ ਲੈਣ ਤੋਂ ਬਾਅਦ ਦੁਬਾਰਾ ਯੂਜ਼ਰ ਨੂੰ ਵਾਪਸ ਭੇਜਦਾ ਹੈ। ਤੇ ਨੌਲੇਜ ਬੇਸ ਜਿਹੜਾ ਹੈ
ਇਹ ਉਹ ਹੈ ਜਿੱਥੇ ਕਿਸੇ ਮਾਹਿਰ ਵਿਅਕਤੀ ਦੀ ਨੌਲੇਜ ਨੂੰ ਸਟੋਰ ਕਰਕੇ ਰੱਖਿਆ ਜਾਂਦਾ ਹੈ। ਤੇ ਨੰਬਰ 6 ਹੈ, ਜਿੱਥੇ ਮਾਹਿਰਾਂ ਤੋਂ ਪ੍ਰਾਪਤ ਗਿਆਨ ਨੂੰ ਸਟੋਰ ਕੀਤਾ ਜਾਂਦਾ ਹੈ ਉਸਨੂੰ ਕੀ ਕਿਹਾ ਜਾਂਦਾ ਹੈ? ਇਸ ਦੇ ਆਪਸ਼ਨ ਨੇ ਡੋਮੇਨ ਐਕਸਪਰਟ, ਨੌਲੇਜ ਬੇਸ, ਯੂਜ਼ਰ ਜਾਂ ਇਹ ਸਾਰੇ। ਇਸ ਦਾ ਸਹੀ ਆਨਸਰ ਹੈ ਨੌਲੇਜ ਬੇਸ। ਤੇ ਨੌਲੇਜ ਬੇਸ ਨੂੰ ਗਿਆਨ ਆਧਾਰ ਵੀ ਕਿਹਾ ਜਾਂਦਾ ਹੈ। ਜਦੋਂ ਅਸੀਂ ਐਕਸਪਰਟ ਸਿਸਟਮ 'ਚ ਕਿਸੇ ਮਾਹਿਰ ਵਿਅਕਤੀ ਦੇ ਗਿਆਨ ਨੂੰ ਸਟੋਰ ਕਰਦੇ ਹਾਂ ਤਾਂ ਉਸਨੂੰ ਨੌਲੇਜ ਬੇਸ ਕਿਹਾ ਜਾਂਦਾ ਹੈ। ਤੇ ਜਿਹੜੀ ਐਕਸਪਰਟ ਮਸ਼ੀਨ ਹੈ ਉਹ ਇਸੇ ਨੌਲੇਜ ਦੇ ਬੇਸ ਤੇ ਹੀ ਕੰਮ ਕਰਦੀ ਹੈ। ਤੇ ਨੰਬਰ 7, ਰੋਬੋਟ ਜੋ ਇਕੱਤਰ ਕੀਤੇ ਡਾਟਾ ਦੇ ਵਿਸ਼ਲੇਸ਼ਣ ਲਈ ਸਹਾਇਤਾ ਪ੍ਰਦਾਨ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਇਸ ਦੇ ਆਪਸ਼ਨ ਹੈ ਹੈਲਥ ਕੇਅਰ ਰੋਬੋਟ, ਘਰੇਲੂ ਰੋਬੋਟ, ਮਿਲਟਰੀ ਰੋਬੋਟ ਜਾਂ ਰਿਸਰਚ ਰੋਬੋਟ। ਤਾਂ ਇਸਦਾ ਸਹੀ ਆਨਸਰ ਹੈ ਰਿਸਰਚ ਰੋਬੋਟ। ਰਿਸਰਚ ਰੋਬੋਟ ਉਹ ਹੁੰਦੇ ਨੇ ਜਿਹੜੇ ਇਕੱਠੇ ਕੀਤੇ ਹੋਏ ਡਾਟਾ ਦਾ ਵਿਸ਼ਲੇਸ਼ਣ ਕਰਨ 'ਚ ਸਹਾਇਤਾ ਪ੍ਰਦਾਨ ਕਰਦੇ ਹਨ। ਤੇ ਨੈਕਸਟ ਹੈ ਖਾਲੀ ਥਾਵਾਂ ਭਰੋ। ਤੇ ਪਹਿਲਾ ਹੈ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਦੋ ਮੁੱਖ ਭਾਗਾਂ ਡੈਸ਼ ਅਤੇ ਡੈਸ਼ ਵਿੱਚ ਵੰਡਿਆ ਜਾਂਦਾ ਹੈ। ਤੇ ਇਸਦਾ ਆਨਸਰ ਹੈ ਟਾਈਪ 1 ਅਤੇ ਟਾਈਪ 2। ਮਤਲਬ ਏ ਆਈ ਨੂੰ ਦੋ ਕਿਸਮਾਂ 'ਚ ਵੰਡਿਆ ਜਾਂਦਾ, ਟਾਈਪ 1 ਅਤੇ ਟਾਈਪ 2। ਜਿਹੜੀ ਟਾਈਪ 1 ਹੈ ਇਹਦੇ ਵਿੱਚ ਮਨੁੱਖ ਦੀ ਸਮਰੱਥਾ ਦੇ ਨਾਲ ਤੁਲਨਾ ਕੀਤੀ ਜਾ ਸਕਦੀ ਹੈ। ਤੇ ਜਿਹੜੀ ਟਾਈਪ 2 ਹੈ ਇਹਦੇ ਵਿੱਚ ਜਿਹੜੀ ਕਾਰਜਸ਼ੀਲਤਾ ਜਾਂ ਸਮਰੱਥਾ ਮਸ਼ੀਨ ਦੀ ਇਹ ਉਹਦੇ 'ਤੇ ਆਧਾਰਿਤ ਹੈ। ਤੇ ਜਿਹੜੀ ਟਾਈਪ 1 ਹੁੰਦੀ ਹੈ ਇਹਦੇ 'ਚ ਨੈਰੋ ਆਰਟੀਫਿਸ਼ਲ ਇੰਟੈਲੀਜੈਂਸ ਆਉਂਦੀ ਹੈ, ਜਨਰਲ ਆਰਟੀਫਿਸ਼ਲ ਇੰਟੈਲੀਜੈਂਸ ਆਉਂਦੀ ਹੈ ਅਤੇ ਸਟਰੋਂਗ ਆਰਟੀਫਿਸ਼ਲ ਇੰਟੈਲੀਜੈਂਸ ਆਉਂਦੀ ਹੈ। ਤੇ ਜੇਕਰ ਅਸੀਂ ਟਾਈਪ 2 ਦੀ ਗੱਲ ਕਰੀਏ ਤੇ ਇਹਦੇ ਵਿੱਚ ਰੀਐਕਟਿਵ ਮਸ਼ੀਨਾਂ, ਸੀਮਤ ਮੈਮਰੀ, ਥਿਓਰੀ ਆਫ ਮਾਈਂਡ ਤੇ ਸਵੈ ਜਾਗਰੂਕਤਾ ਆਉਂਦੀ ਹੈ। ਇਹਨੂੰ ਅਸੀਂ ਅੱਗੇ ਪ੍ਰਸ਼ਨ ਉੱਤਰਾਂ 'ਚ ਪੜ੍ਹਾਂਗੇ। ਨੰਬਰ 2, ਡੈਸ਼ IBM ਦੁਆਰਾ ਵਿਕਸਿਤ ਕੀਤਾ ਗਿਆ ਇੱਕ ਚੈਸ ਖੇਡਣ ਵਾਲਾ ਕੰਪਿਊਟਰ ਹੈ। IBM ਇੱਕ ਕੰਪਨੀ ਹੈ, ਉਹਨਾਂ ਨੇ ਜਿਹੜਾ ਮਸ਼ੀਨ ਤਿਆਰ ਕੀਤੀ ਸੀ ਉਸਦਾ ਨਾਮ ਹੈ ਡੀਪ ਬਲੂ ਗੇਮ। ਤੇ ਨੰਬਰ 3 ਹੈ, ਡੈਸ਼ ਨੈਰੋ ਇੰਟੈਲੀਜੈਂਸ ਦੀ ਇੱਕ ਵਧੀਆ ਉਦਾਹਰਣ ਹੈ। ਇਸਦਾ ਆਂਸਰ ਹੈ ਐਪਲ ਸਿਰੀ। ਜਿਹੜਾ ਐਪਲ ਸਿਰੀ ਹੈ ਇਹ ਐਪਲ ਕੰਪਨੀ ਦਾ ਇੱਕ ਸੋਫਟਵੇਅਰ ਹੈ ਜਿਹੜਾ ਸਾਡੇ ਕੋਲੋਂ ਆਵਾਜ਼ ਦੇ ਰੂਪ 'ਚ ਕਮਾਂਡ ਲੈਂਦਾ ਹੈ, ਉਸ ਆਵਾਜ਼ ਦੇ ਰੂਪ ਜਿਹੜੀ ਕਮਾਂਡ ਲਿੱਤੀ ਹੈ ਉਸਦਾ ਵਿਸ਼ਲੇਸ਼ਣ ਕਰਦਾ, ਉਸਨੂੰ ਚੈੱਕ ਕਰਦਾ ਹੈ ਤੇ ਉਸ ਤੋਂ ਬਾਅਦ ਉਹਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਜਿਹੜਾ ਰਿਜ਼ਲਟ ਹੈ ਉਹ ਦਿੰਦਾ ਹੈ। ਤੇ ਨੰਬਰ 4, ਡੈਸ਼ ਮਸ਼ੀਨਾਂ ਦੀ ਕੋਈ ਮੈਮਰੀ ਨਹੀਂ ਹੁੰਦੀ। ਤੇ ਇਸਦਾ ਆਨਸਰ ਹੈ ਰੀਐਕਟਿਵ ਮਸ਼ੀਨਾਂ। ਰੀਐਕਟਿਵ ਮਸ਼ੀਨਾਂ ਉਹ ਹੁੰਦੀਆਂ ਨੇ ਜਿਹਨਾਂ 'ਚ ਕੋਈ ਮੈਮਰੀ ਨਹੀਂ ਹੁੰਦੀ ਤੇ ਭਵਿੱਖ ਦੀ ਜਦੋਂ ਕਿਰਿਆਵਾਂ ਕਰਦੀਆਂ ਨੇ ਤੇ ਇਹਨਾਂ ਕੋਲ ਪੁਰਾਣੇ ਤਜਰਬੇ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਤੇ 5ਵਾਂ ਹੈ, ਮਾਈਸਿਨ ਅਤੇ ਡੈਸ਼ ਆਰਟੀਫਿਸ਼ਲ ਇੰਟੈਲੀਜੈਂਸ ਦੇ ਉਦਾਹਰਣ ਹਨ। ਤੇ ਇਸਦਾ ਆਨਸਰ ਹੈਗਾ ਡੈਂਟਰਲ। ਇਹ ਡੈਂਟਰਲ ਜਿਹੜਾ ਹੈ ਇਹ ਵੀ ਇੱਕ ਕੀ ਹੈ, ਇਹ ਵੀ ਇੱਕ ਐਕਸਪਰਟ ਸਿਸਟਮ ਹੈ ਤੇ ਇਹ ਫੇਫੜੇ ਦੇ ਕੈਂਸਰ ਦਾ ਪੱਧਰ ਖੋਜਣ ਵਿੱਚ ਮਦਦ ਕਰਦਾ ਹੈ। ਤੇ ਜਿਹੜਾ ਮਾਈਸਿਨ ਹੈਗਾ ਤੇ ਮਾਈਸਿਨ ਵੀ ਇੱਕ ਐਕਸਪਰਟ ਸਿਸਟਮ ਹੈ। ਇਹ ਕੀ ਕਰਦਾ ਕਿ ਬਲੱਡ ਦੇ ਵਿੱਚੋਂ ਇਨਫੈਕਸ਼ਨ ਫਾਇੰਡ ਆਊਟ ਕਰਨ 'ਚ ਮਦਦ ਕਰਦਾ ਹੈ। ਤੇ ਨੰਬਰ 6 ਹੈ, ਡੈਸ਼ PD ਦੇ ਰੋਬੋਟ ਮਨੁੱਖਾਂ ਦੀ ਤਰ੍ਹਾਂ ਸੂਝਵਾਨ ਅਤੇ ਕੁਸ਼ਲ ਹੋਣਗੇ। ਤੇ ਇਸਦਾ ਆਨਸਰ ਹੈਗਾ ਚੌਥੀ ਪੀੜ੍ਹੀ, ਕਿ ਜਿਹੜੀ ਚੌਥੀ ਪੀੜ੍ਹੀ ਦੇ ਰੋਬੋਟ ਆਉਣਗੇ ਉਹ ਸਾਡੀ ਤਰ੍ਹਾਂ ਮਨੁੱਖ ਦੀ ਤਰ੍ਹਾਂ ਸੂਝਵਾਨ ਅਤੇ ਕੁਸ਼ਲ ਹੋਣਗੇ। ਨੈਕਸਟ ਹੈ ਪੂਰੇ ਰੂਪ ਲਿਖੋ, ਫੁੱਲ ਫਾਰਮਸ। ਨੰਬਰ 1 AI, ਤੇ AI ਦਾ ਮਤਲਬ ਹੈ ਆਰਟੀਫਿਸ਼ਲ ਇੰਟੈਲੀਜੈਂਸ। ਨੰਬਰ 2 GAI, ਤੇ GAI ਦਾ ਮਤਲਬ ਹੈ ਜਨਰਲ ਆਰਟੀਫਿਸ਼ਲ ਇੰਟੈਲੀਜੈਂਸ। ਇਸ ਕਿਸਮ ਦੀ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਸ਼ੀਨ ਜਾਂ ਕੰਪਿਊਟਰ ਪ੍ਰਣਾਲੀ ਮਨੁੱਖਾਂ ਵਾਂਗ ਕਿਸੇ ਵੀ ਆਮ ਕੰਮ ਨੂੰ ਕਰ ਸਕਦੀ ਹੈ, ਪਰ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਵੀ ਮਸ਼ੀਨ ਵਿਕਸਿਤ ਨਹੀਂ ਕੀਤੀ ਜਾ ਸਕੀ। NLP, NLP ਦਾ ਮਤਲਬ ਹੁੰਦਾ ਹੈ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ, ਕਿ ਜਦੋਂ ਅਸੀਂ ਕਿਸੇ ਮਸ਼ੀਨ ਨੂੰ, ਕੰਪਿਊਟਰ ਨੂੰ ਆਪਣੀ ਨੈਚੁਰਲ ਲੈਂਗੁਏਜ ਹਿੰਦੀ, ਇੰਗਲਿਸ਼, ਪੰਜਾਬੀ ਵਿੱਚ ਕਮਾਂਡ ਦਿੰਦੇ ਹਾਂ ਤੇ ਉਹ ਉਹਦੇ ਅਕੋਰਡਿੰਗਲੀ ਰਿਐਕਟ ਕਰਦਾ ਹੈ, ਆਂਸਰ ਦਿੰਦਾ ਹੈ, ਤੇ ਉਸਨੂੰ NLP ਕਿਹਾ ਜਾਂਦਾ ਹੈ। ਤੇ ਨੰਬਰ 4 ਹੈ SAI, ਤੇ SAI ਦਾ ਮਤਲਬ ਹੁੰਦਾ ਹੈ ਸਟਰੋਂਗ ਇੰਟੈਲੀਜੈਂਸ। ਤੇ ਜਿਹੜੀ ਸਟਰੋਂਗ ਇੰਟੈਲੀਜੈਂਸ ਹੈ ਇਹ ਜਨਰਲ AI ਦਾ ਹੀ ਨਤੀਜਾ ਹੈ। ਇਹ ਉਹ ਪੱਧਰ ਹੈ ਜਿਸ ਵਿੱਚ ਕੰਪਿਊਟਰ ਪ੍ਰਣਾਲੀ ਜਾਂ ਮਸ਼ੀਨਾਂ ਇੰਟੈਲੀਜੈਂਸ ਵਿੱਚ ਮਨੁੱਖ ਨੂੰ ਵੀ ਪਛਾੜ ਦਿੰਦੀਆਂ ਹਨ ਤੇ ਇਹਨਾਂ ਵਿੱਚ ਸੋਚਣ ਦੀ ਯੋਗਤਾ, ਤਰਕ ਕਰਨ ਦੀ ਯੋਗਤਾ ਜਾਂ ਯੋਜਨਾ ਬਣਾਉਣ ਦੀ ਯੋਗਤਾ ਵੀ ਹੁੰਦੀ ਹੈ। ਤੇ ਅੱਜ ਲਈ ਇੰਨਾ ਹੀ, ਅਗਲੀ ਵਾਰੀ ਫਿਰ ਕਿਸੇ ਨਵੇਂ ਟੋਪਿਕ ਨਾਲ ਮਿਲਾਂਗੇ। ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ। ਧੰਨਵਾਦ।